ਇਸ ਜਿਹੜਾ ਗਾਰਡਨ ਦਾ ਸਟਾਰ ਪੌਦਾ ਕਹਿੰਦੇ ਜੀ। ਤੋਂ ਪਹਿਲਾ ਪੌਦਾ ਸੀ ਗਾਰਡਨਿੰਗ ਹੀ ਇਸ ਨਿੰਬੂ ਦੇ ਬੂਟੇ ਤੋਂ ਸ਼ੁਰੂ ਕੀਤੀ ਜੀ। ਠੀਕ ਹੈ ਜੀ। ਔਰ ਇਸ ਦੇ ਉੱਪਰ ਪੱਤਿਆਂ ਤੋਂ ਜ਼ਿਆਦਾ ਨਿੰਬੂ ਲੱਗਦੇ ਆ ਜੀ। ਇਹਦਾ ਇੱਕ ਪੱਤਾ ਹੀ ਚਾਹ ਚ ਪਾ ਲਓ ਤਾਂ ਤੁਹਾਨੂੰ ਖੰਡ ਨਹੀਂ ਪਾਉਣ ਦੀ ਲੋੜ ਪਊ। ਫਿਰ ਤੁਸੀਂ ਰੱਸੀਆਂ ਖਿੱਚਣੀਆਂ ਜੀ। ਠੀਕ। ਸਾਡਾ ਸਾਰਾ ਜਿਹੜਾ ਸੁੱਕਾ। ਅੱਛਾ ਜੀ। ਮਲ ਨਾਲ ਦੀ ਨਾਲ ਧੁੱਪ ਤੋਂ ਛਾਂ ਜੀ। ਬਿਲਕੁਲ ਜੀ। ਦੇਖੋ ਤੁਸੀਂ 2-3 ਸੈਕਿੰਡ ਲੱਗੇ ਆ ਚੀਜ਼ ਨੂੰ। ਸਭ ਤੋਂ ਪਹਿਲਾਂ ਰਿਕਮੈਂਡ ਕਰਦੇ ਜੀ ਅਸੀਂ ਪਾਉਣੇ ਆ ਕਿਚਨ ਕੰਪੋਸਟ, ਜਿਹੜਾ ਘਰ ਦਾ ਕੂੜਾ ਕਚਰਾ ਜਿਹੜਾ ਕਿਚਨ ਦਾ ਹੁੰਦਾ ਨਾ। ਸਾਰੇ ਹੀ ਮੈਡੀਸਿਨ ਪਲਾਂਟ ਲਗਾਏ ਜਿੱਦਾਂ ਜੀ, ਇਹ ਹੈਗਾ ਆਪਣਾ ਆਲ ਸਪਾਈਸ। ਠੀਕ ਹੈ ਜੀ। ਆਲ ਸਪਾਈਸ ਮਸਾਲੇ ਜਿੱਦਾਂ ਕਹਿ ਸਕਦੇ ਹਾਂ, ਸਾਰੇ ਤਰ੍ਹਾਂ ਦੇ ਮਸਾਲੇ ਇੱਕ ਬੂਟੇ 'ਚ, ਬਿਲਕੁਲ ਫਲੇਵਰ ਐਵੇਂ ਸਬਜ਼ੀ ਵਿੱਚ ਜਿਵੇਂ ਪਾਓ ਤੇ ਤੁਹਾਨੂੰ ਮਸਾਲਿਆਂ ਦਾ ਸਵਾਦ ਆਊਗਾ। ਤੁਸੀਂ ਇਹ ਆਪਾਂ ਨੂੰ ਵੈਸੇ ਦੇਖਣ ਨੂੰ ਤਾਂ ਸਫੈਦਾ ਲੱਗੂਗਾ, ਬਿਲਕੁਲ ਜੀ, ਹੈ ਨਾ, ਤਾਂ ਪਰ ਹੈ ਇਹ ਓਡੋਮਾਸ ਦਾ ਪਲਾਂਟ। ਇਹ ਅਲੋਪ ਹੋ ਰਹੀਆਂ ਨੇ ਜੀ, ਕਿ ਜਿਹੜਾ ਆਪਾਂ ਪਿਲਕਣਾ, ਬੱਚਿਆਂ ਨੂੰ ਪੁੱਛੋ ਪਿਲਕਣ ਕੀ ਹੁੰਦੀ, ਪਿੱਪਲ, ਗੁੱਲੜ, ਸਹਿਤੂਤ ਜੀ, ਅਲਮਤਾਸ, ਹੈ ਨਾ, ਕਿਸੇ ਬਾਰੇ ਵੀ ਨਾਮ ਦਾ ਨਹੀਂ ਪਤਾ ਹੁੰਦਾ। ਵੇ ਪਹਿਲਾ ਪਾਰਟ ਆਪਾਂ ਖਤਮ ਕੀਤਾ ਜੀ, ਦੂਜੇ ਪਾਰਟ ਦੇ ਵਿੱਚ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਆ, ਪਾਈਪਾਂ ਜੀ ਤੇ ਬੋਤਲਾਂ ਜੀ, ਇਹ ਲਮਕੀ ਜਾਂਦੀਆਂ, ਇਹਦੇ ਵਿੱਚ ਕਿਸੇ 'ਚ ਮਤਲਬ ਕੁਛ ਲੱਗਿਆ, ਇਹ 'ਚ ਮਿਰਚ ਲੱਗੀ ਹੋਈ ਹੈਗੀ ਤੇ ਉਹ ਟਮਾਟਰ ਲੱਗੇ ਹੋਏ ਨੇ, ਇਹ ਵੀ ਇੱਕ ਡਿਫਰੈਂਟ ਆਈਡੀਆ ਜੀ। ਅਸੀਂ ਤੁਹਾਨੂੰ ਦੱਸਿਆ ਸਾਡਾ ਕਨਸੈਪਟ ਉਹਨਾਂ ਵਾਸਤੇ ਜਿਹਨਾਂ ਕੋਲ ਜ਼ਮੀਨ ਨਹੀਂ ਹੈ। ਬੋਟਲਾਂ ਮੈਨੂੰ ਦੇਖੋ ਇੱਕ ਗੱਲ ਕਹਿਣ ਦੀ ਸ਼ਰਮ ਨੀ ਹੈਗੀ, ਇਹਦੇ ਸ਼ੌਕ ਔਰ ਸ਼ਰਮ ਦਾ ਜਿਹੜਾ ਨਾ ਕੋਈ ਸੁਮੇਲ ਨੀ ਹੁੰਦਾ। ਜੇ ਸ਼ੌਕ ਰੱਖਿਆ ਤੇ ਫਿਰ ਸ਼ਰਮ ਛੱਡਦੇ। ਈਵਨ ਕਈ ਵਾਰ ਮੇਰੇ ਆਂਢ ਗੁਆਂਢ ਵਿਆਹ ਹੁੰਦੇ ਸਾਡੇ, ਅਸੀਂ ਬੋਟਲਾਂ ਇਕੱਠੀਆਂ ਕਰ ਲਈਆਂ। ਬਿਲਕੁਲ। ਤੇ ਇਕੱਠੀਆਂ ਕਰਕੇ ਦੇਖੋ ਇਹਦਾ ਇਸਤੇਮਾਲ ਕੀਤਾ, ਟਮਾਟਰ ਦੀ ਦੇਖੋ ਇਹ ਕਿਸਮ ਵੱਖਰੀ ਹੈਗੀ ਆ, ਬਿਲਕੁਲ ਲੱਗੇ ਆ ਜੀ ਵਿੱਚ ਦੇ, ਹਨਾ। ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਆਹ ਕਿਸਮ ਚੈਰੀ ਟਮਾਟਰ, ਇਹ ਹੋ ਰਿਹਾ ਚੈਰੀ ਟਮਾਟਰ ਦੇਖੋ ਲੱਗੇ, ਮਤਲਬ ਹੋ ਜਾਂਦਾ, ਤੁਸੀਂ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ। ਇਸੇ ਤਰੀਕੇ ਨਾਲ ਅਸੀਂ ਜਿਹੜੀਆਂ ਮਿਰਚਾਂ ਵਗੈਰਾ ਜਿਹੜੀਆਂ ਇਹਦੇ ਵਿੱਚ ਲਾਈਆਂ ਹੈ, ਮਤਲਬ ਕਿ ਘੱਟ ਜਗ੍ਹਾ ਤੇ ਆਪਾਂ ਇਹ ਚੀਜ਼ਾਂ ਲਾ ਕੇ ਆਪਣਾ ਸ਼ੌਕ ਪੂਰਾ ਕਰ ਸਕਦੇ ਹਾਂ। ਬਿਲਕੁਲ ਜੀ। ਸ਼ੌਕ ਦੇ ਨਾਲ ਨਾਲ ਆਪਣਾ ਪਰਿਵਾਰ ਦਾ ਕਹਿੰਦੇ ਤੇ ਵੀ ਖਰਚਾ ਵੀ ਘਟਾ ਸਕਦੇ ਆ, ਤੇ ਆਪਣਾ ਖਾਣ ਪੀਣ ਵਾਲੇ ਜਿਹੜੇ ਸਬਜ਼ੀਆਂ ਨੇ ਆਰਗੈਨਿਕ ਆਪਾਂ ਖਾ ਸਕਦੇ। ਸਾਡੇ ਘਰਾਂ ਦੇ ਵਿੱਚ ਵੇਸਟ ਮਟੀਰੀਅਲ ਬਹੁਤ ਹੁੰਦਾ, ਅਸੀਂ ਕਬਾੜੇ ਨੂੰ ਵੇਚ ਦਿੰਦੇ ਹਾਂ, ਜਿੱਦਾਂ ਜ਼ਿਮੀਂਦਾਰ ਭਰਾ ਹੈਗੇ ਆ, ਦੇਖੋ ਕਈ ਵਾਰ ਪਾਈਪ ਨਿਕਲਾਉਂਦੇ ਕੁਛ, ਹੈ ਨਾ, ਬੋਰ ਚੋਂ ਨਿਕਲਾਉਂਦੇ ਜਾਂ ਪਏ ਹੁੰਦੇ ਘਰ ਦੇ ਵਿੱਚ, ਦੇਖੋ ਜੀ ਕੱਟ ਕੇ ਉਹਦਾ ਇਸਤੇਮਾਲ ਕੀਤਾ, ਕਿਉਂਕਿ ਜੇ ਤੁਹਾਡੇ ਨਾਲ ਤੁਸੀਂ ਸਬਜ਼ੀਆਂ ਲਾਈਆਂ ਹੈ ਨਾ, ਫਲ ਫਰੂਟ ਲਾਏ ਨੇ, ਪੋਲੀਨੇਸ਼ਨ ਦੀ ਪ੍ਰਕਿਰਿਆ ਦਾ ਹੋਣਾ ਬਹੁਤ ਜ਼ਰੂਰੀ ਆ। ਪੋਲੀਨੇਸ਼ਨ ਹੋਊਗੀ ਤੁਹਾਡੇ ਜਿਹੜੇ ਆ ਉਹ ਫਲ ਜਿਹੜੇ ਬਣਨਗੇ ਜਾਂ ਸਬਜ਼ੀਆਂ ਜਿਹੜੀਆਂ ਬਣਨਗੀਆਂ, ਕਿਉਂਕਿ ਕਈ ਵਾਰ ਹੁੰਦਾ ਕਹਿੰਦੇ ਸਾਡੇ ਜੀ ਫੁੱਲ ਬਹੁਤ ਲੱਗਦੇ ਝੜ ਜਾਂਦੇ ਆ, ਇਹ ਪੋਲੀਨੇਸ਼ਨ ਇੱਕ ਜਿਹੜਾ ਫੈਕਟਰ ਆ ਕੰਮ ਕਰਦਾ ਦੇ ਵਿੱਚ, ਇਹ ਮਤਲਬ ਜਦੋਂ ਮੱਖੀ ਜਿਹੜੀ ਆ ਇੱਕ ਫੁੱਲ ਤੋਂ ਮੇਲ ਫਲਾਵਰ ਤੋਂ ਨਾ ਫੀਮੇਲ ਫਲਾਵਰ 'ਚ ਪੋਲਨ ਲੈ ਕੇ ਜਾਂਦੀ ਹੈ, ਤਾਂ ਫਿਰ ਉਹ ਚੀਜ਼ ਜਿਹੜੀ ਬਣਦੀ ਆ ਸਹੀ ਬਣਦੀ ਹੈਗੀ। ਅਸਲ 'ਚ ਇਹੀ ਆ, ਜਦੋਂ ਕੱਦੂ ਤੋਰੀਆਂ ਹੋ ਗਈਆਂ, ਫਰੂਟਸ ਕਈ ਹੁੰਦੇ ਨੇ, ਦੇਖੋ ਅਸੀਂ ਇੱਥੇ ਹੁਣ ਗਰਮੇ ਦੁਪਹਿਰ ਖਿੜੀ ਲਾ ਦਿੱਤੀ ਹੈ ਜੀ, ਠੀਕ ਹੈ, ਖਿੜਨਾ ਫੁੱਲਾਂ ਦੇ ਉਹ ਕ੍ਰੀਏਚਰ, ਉਹ ਮੱਖੀਆਂ ਆਉਣਗੀ ਜਿਹਨਾਂ ਪੋਲੀਨੇਸ਼ਨ ਕਰਨੀ ਹੈ ਜੀ, ਠੀਕ ਹੈ ਜੀ, ਤੇ ਸਰਦੀਆਂ ਦੇ ਵਿੱਚ ਅਸੀਂ ਲੈਟਸ ਲਾ ਦਿੰਦੇ ਹਾਂ ਜੀ, ਠੀਕ ਹੈ ਜੀ। ਗੱਲ ਹੈ ਕਿ ਵੇਸਟ ਮਟੀਰੀਅਲ ਨੂੰ ਵੀ ਅਸੀਂ ਮੈਨੇਜ ਕੀਤਾ ਹੈ ਘਰਾਂ ਦੇ ਵਿੱਚ, ਟੱਬ ਜਿਹੜੇ ਨੇ ਕੱਪੜੇ ਟੁੱਟ ਜਾਂਦੇ ਨੇ ਜੀ, ਤੇ ਉਹ ਤੁਸੀਂ ਜਿਹੜੇ ਹੈਗੇ ਆ ਟੱਬ ਦੇਖੋ, ਅਸੀਂ ਉਹਦਾ ਵੀ ਇਸਤੇਮਾਲ ਜਿਹੜਾ ਟੱਬ ਦਾ ਉੱਥੇ ਕੀਤਾ ਆ, ਉਹ ਵੀ ਬਿਲਕੁਲ ਇਹਨੂੰ ਯੂਜ਼ ਵਿੱਚ ਲਿਆਂਦਾ। ਦੂਸਰੀ ਗੱਲ ਇਹ ਆ ਜੀ, ਕੁਦਰਤ ਦਾ ਜਿਹੜਾ ਸਾਇੰਸ ਹੈ ਜੀ, ਉਹਨੂੰ ਵੀ ਪ੍ਰੋਪਰ ਬਖੂਬੀ ਸਮਝਿਆ ਵੀ ਆਪਾਂ ਕਿਵੇਂ ਇਹ ਤੋਂ ਵੱਧ ਝਾੜ ਲੈ ਸਕਦੇ, ਹੈ ਨਾ ਜੀ। ਤੇ ਇਹ ਟੱਬ ਆਪਣੇ ਜੀ ਜਿਹੜੇ ਪਲਾਸਟਿਕ ਦੇ ਢੋਲ ਆ ਗਏ ਜੀ, ਇਹ ਇਹ ਡਰਮ ਆ ਜੀ ਜੀ, ਇਹ ਤੁਸੀਂ ਦੇਖਿਆ ਆਮ ਹੀ ਜਿਹੜੇ ਨਾ ਤੇਲ ਡਰਮ ਸਾਨੂੰ ਖਾਲੀ ਅਸੀਂ ਇਹ ਪਰਚੇਸ ਕੀਤੇ ਹੈਗੇ ਆ, ਜੇ ਟੁੱਟੇ ਵੀ ਹੈਗੇ ਕਬਾੜੀਆਂ ਕੋਲ ਆਪਾਂ ਲੈ ਸਕਦੇ ਹਾਂ। ਡਰਮ ਨੂੰ ਅਸੀਂ ਅੱਧਾ ਕੱਟ ਕੇ, ਦੇਖੋ ਜਦੋਂ ਤੁਸੀਂ ਡਰਮ ਨੂੰ ਵਿੱਚੋਂ ਕੱਟ ਦਿਓਗੇ ਤੇ ਗੋਲ ਬਣ ਜਾਂਦਾ, ਉਹਦੇ ਤੇ ਫਰੂਟ ਵਾਲਾ ਪਲਾਂਟ ਲਾ ਲੈਂਦੇ ਹੋ, ਜਦੋਂ ਲੰਮੇ ਨੂੰ ਕੱਟ ਲਿਆ ਤੇ ਇੱਕ ਕਿਆਰੀ ਬਣ ਗਈ ਜੀ, ਕਿਆਰੀ ਬਣ ਗਈ। ਤੇ ਦੇਖੋ ਕਿਆਰੀ ਦੇ ਵਿੱਚ ਅਸੀਂ ਮਿਰਚਾਂ ਲਾਈਆਂ,
ਤੇ ਕਿਆਰੀ ਚ ਅੱਗੇ ਚਲੀਏ ਕਿਹੜੀ ਕਿਹੜੀ ਚੀਜ਼ਾਂ ਨੂੰ ਦਿਖਾ ਦਿੰਦੇ ਜੀ। ਠੀਕ ਹੈ ਜੀ। ਅੱਛਾ ਜੀ, ਆਪਣਾ ਜਿਹੜਾ ਆਹ ਏਰੀਆ ਹੈਗਾ ਨਾ, ਇਹ ਸਾਡਾ ਬੱਲਾ ਵਾਲਾ ਏਰੀਆ ਸਾਰਾ। ਠੀਕ ਹੈ ਜੀ। ਆਹ ਜਿਹੜੀਆਂ ਜਿੰਨੀਆਂ ਵੀ ਲੌਕੀਆਂ ਵਗੈਰਾ ਅਸੀਂ ਇੱਧਰ ਲਾਈਆਂ ਤੇ ਇੱਧਰ ਸਾਡੇ ਕਰੇਲੇ ਆ ਜੀ, ਗਰਮੀ ਵਾਲੀ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਣੀਆਂ ਇੱਥੇ ਲੱਗ ਗਈਆਂ ਜੀ। ਠੀਕ ਹੈ ਜੀ। ਤੇ ਬਈ ਇੱਕ ਗੱਲ ਜੇ ਕਰੀਏ ਜੀ, ਜਿਵੇਂ ਔਰਗੈਨਿਕ ਆਪਾਂ ਸ਼ਬਦ ਇੱਕ ਵਰਤਦੇ ਜੀ, ਪਰ ਔਰਗੈਨਿਕ ਦੇ ਵਿੱਚ ਵੀ ਕੋਈ ਦੇਸੀ ਰੇਹ ਜਾਂ ਕੁਛ ਨਾ ਕੁਛ ਤਾਂ ਪਾਉਂਦੀ ਹੋਊਗੀ? ਬਿਲਕੁਲ ਬਿਲਕੁਲ, ਜਦੋਂ ਆਪਾਂ ਛੱਤ ਉੱਪਰ ਦੇਖੋ ਲਿਮਿਟਿਡ ਆਪਣੇ ਕੋਲ ਸਾਰਾ ਸਾਰੀ ਚੀਜ਼ਾਂ ਹੁੰਦੀਆਂ ਨੇ, ਤੇ ਇਹਦੇ ਵਿੱਚ ਆਪਾਂ ਨੂੰ ਜਿਹੜਾ ਨਾ ਫਰਟੀਲਾਈਜ਼ਰ ਪਾਉਣਾ ਹੀ ਪੈਣਾ ਆ ਸਮੇਂ ਸਮੇਂ ਬਾਅਦ, 15 ਦਿਨ ਬਾਅਦ, 20 ਦਿਨ ਬਾਅਦ। ਜਿਹੜੇ ਫਰਟੀਲਾਈਜ਼ਰ ਅਸੀਂ ਜਿਹੜੇ ਸਭ ਤੋਂ ਪਹਿਲਾਂ ਰਿਕਮੈਂਡ ਕਰਦੇ ਜੇ ਅਸੀਂ ਪਾਉਣੇ ਆ ਉਹ ਕਿਚਨ ਕੰਪੋਸਟ, ਜਿਹੜਾ ਘਰ ਦਾ ਕੂੜਾ ਕਚਰਾ ਜਿਹੜਾ ਕਿਚਨ ਦਾ ਹੁੰਦਾ ਨਾ, ਆਹ ਦੇਖੋ ਤੁਸੀਂ ਇੱਥੋਂ ਆਹ ਦੇ ਸਕਦੇ ਹੋ। ਸਾਡੀ ਜੀ ਕਿਚਨ ਦਾ ਜਿਹੜਾ ਕਚਰਾ ਉਹ ਬਾਹਰ ਨਹੀਂ ਜਾਂਦਾ। ਠੀਕ ਹੈ ਜੀ। ਜਿਹੜਾ ਵੀ ਹਰਿਆ ਅਨਪੱਕਿਆ ਜਿਹੜਾ ਹੁੰਦਾ ਉਹ ਚੀਜ਼ ਹੈ, ਉਹ ਅਸੀਂ ਕੀ ਕਰਦਾ ਜੀ, ਉੱਤੋਂ ਲਿਆ ਕੇ ਅਸੀਂ ਕੰਪੋਸਟ ਤਿਆਰ ਕਰਦੇ ਹਾਂ। ਕੁਛ ਮਿੱਟੀ ਦਾ ਮਿਸ਼ਰਣ ਹੁੰਦਾ, ਕੁਛ ਸੁੱਕੇ ਪੱਤਿਆਂ ਦਾ ਮਿਸ਼ਰਣ ਹੁੰਦਾ, ਫਿਰ ਅਸੀਂ ਉੱਤੇ ਗੁੜ ਪਾ ਦਿੰਦੇ। ਉੱਪਰ ਦੀ ਡਿਟੇਲ ਜਿਹੜਾ ਪ੍ਰੋਸੈਸ ਅਸੀਂ ਜਿਹੜਾ ਦੱਸਿਆ ਆਪਣੀ ਵੀਡੀਓਜ਼ ਵਿੱਚ ਵੀ, ਅਤੇ 30 ਦਿਨ ਬਾਅਦ ਤੁਹਾਡੀ ਜਿਹੜੀ ਖਾਦ ਹੈ ਜੀ ਇਸ ਤਰ੍ਹਾਂ ਦੀ ਤਿਆਰ ਹੋ ਜਾਂਦੀ। ਦੇਖੋ ਕਿਆ ਬਾਤ ਹੈ ਜੀ, ਤੇ ਬਿਲਕੁਲ ਵੀ ਇਹਦੇ ਵਿੱਚ ਕੋਈ ਵੀ ਜਿਹੜੀ ਸਮੈਲ ਨਹੀਂ ਹੈਗੀ, ਆਹ ਦੇਖੋ ਕਿਚਨ ਦੇ ਵਿੱਚ ਤੋਂ ਸਮੈਲ ਨਹੀਂ ਹੈਗੀ, ਮਿੱਟੀ ਬਣ ਗਈ ਹੈ, ਮਿੱਟੀ ਮਿੱਟੀ ਬਣ ਗਈ ਜੀ ਬਿਲਕੁਲ ਜੀ। ਇਹ ਚੀਜ਼ ਤਿਆਰ, ਇਹ ਅਸੀਂ ਪਹਿਲਾਂ ਵਰਤੋਂ ਇਹਦੀ ਕਰਦੇ ਜੀ। ਠੀਕ ਹੈ ਜੀ। ਇਸ ਤੋਂ ਬਾਅਦ ਗਡੋਇਆਂ ਦੀ ਖਾਦ ਆ ਵੀ ਮਿਲ ਜਾਂਦੀ ਹੈ। ਠੀਕ ਹੈ ਜੀ। ਉਹ ਤੋਂ ਬਾਕੀ ਆਪਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਆ, ਰੂੜੀ ਬਹੁਤ ਆ, ਰੂੜੀ ਦਾ ਵੀ ਇਸਤੇਮਾਲ ਜਿਹੜਾ ਆਪਾਂ ਇਹਦੇ ਵਿੱਚ ਕਰਦੇ। ਸਾਡੀਆਂ ਕੁਛ ਚੀਜ਼ਾਂ, ਔਰ ਸਰਦੀਆਂ ਵਾਸਤੇ ਇੱਕ ਚੀਜ਼ ਅਸੀਂ ਰਿਕਮੈਂਡ ਵੀ ਕਰਾਂਗੇ ਸਾਰਿਆਂ ਨੂੰ, ਸਰੋਂ ਦੀ ਖਲ। ਠੀਕ ਹੈ। ਉਹ ਇੱਕ ਪ੍ਰੋਪਰ ਪ੍ਰੋਸੀਜਰ ਦੇ ਨਾਲ ਜੇ ਵਰਤੀ ਜਾਏ ਨਾ, ਇਹਨਾਂ ਵਾਸਤੇ ਵੀ ਬੈਸਟ ਚੀਜ਼ ਹੈ। ਤੁਹਾਨੂੰ ਬਾਹਰੋਂ ਕੋਈ ਹੋਰ ਜਿਹੜੀ ਕੋਈ ਕੈਮੀਕਲ ਖਾਦ ਪਾਉਣ ਦੀ ਲੋੜ ਨਹੀਂ ਹੈ। ਠੀਕ ਹੈ ਸਰ। ਸਾਡੇ ਰਿਜ਼ਲਟ ਵਧੀਆ ਕਿਉਂ ਹੈਗੇ ਜੀ ਇਹਨਾਂ ਚੀਜ਼ਾਂ ਕਰਕੇ ਜੀ? ਜੀ ਸਰ, ਇੱਕ ਚੀਜ਼ ਹੋਰ ਮੈਂ ਦੇਖ ਰਿਹਾ, ਜਿਵੇਂ ਹੁਣ ਧੁੱਪ ਛੱਤ ਤੇ ਸਾਰਾ ਦਿਨ ਤੋਂ ਪੈਣੀ ਹੈ ਆਪਣੇ ਆਲੇ ਦੁਆਲੇ ਦਰਖਤ ਤੇ ਜੀ, ਤੇ ਜੇ ਕਈ ਜਿਹੜੇ ਆਪਣੇ ਬੂਟੇ ਆ ਛਾਂ ਵੀ ਮੰਗਦੇ ਹੋਣਗੇ, ਬਿਲਕੁਲ, ਜਾਂ ਕੋਈ ਗਮਲੇ ਇਹੋ ਜਿਹੇ ਵੀ ਜਿਹੜੇ ਛਾਂ 'ਚ ਰਹਿਣਾ ਚਾਹੁੰਦੇ ਆ, ਤਾਂ ਉਹਨਾਂ ਲਈ ਵੀ ਫਿਰ ਕੋਈ ਪ੍ਰਬੰਧ ਕੀਤੇ ਹੋਏ ਜੀ? ਤੁਸੀਂ ਇਹ ਵੇਖੋ, ਅਸੀਂ ਆਪਣੀ ਸਾਰੀ ਜਿਹੜੀ ਸਾਡੀ ਛੱਤ ਹੈਗੀ ਅਸੀਂ ਐਂਗਲ ਲਾਏ ਆ, ਤੇ ਹਰੇ ਪਰਦੇ ਜਿਹੜੇ ਹੈਗੇ ਨੇ ਜੀ, ਅਸੀਂ ਇਹਦੇ ਉੱਪਰ ਕਨਸੈਪਟ ਲਾਇਆ ਜੀ। ਜਦੋਂ ਜ਼ਿਆਦੀਆਂ ਧੁੱਪਾਂ ਆ ਜਾਂਦੀਆਂ ਨੇ, ਅਸੀਂ ਆਪਣੇ ਇਹ ਚੀਜ਼ ਨੂੰ ਜਿਹੜਾ ਆ 2-3 ਸੈਕਿੰਡ ਦੇ ਵਿੱਚ ਹੀ ਸਾਰਾ ਇਹਨੂੰ ਬੰਦ ਕਰ ਲੈਂਦੇ ਹਾਂ ਜੀ, ਔਰ 2-3 ਸੈਕਿੰਡ ਦੇ ਵਿੱਚ ਹੀ ਖੋਲ ਲੈਂਦੇ ਹਾਂ। ਅੱਛਾ ਜੀ। ਬਿਲਕੁਲ, ਸਿਸਟਮ ਜਿਹੜਾ ਰੱਸੀਆਂ ਦੇ ਉੱਤੇ ਹੈਗਾ ਜੀ, ਤੁਹਾਨੂੰ ਦਿਖਾ ਦਿੰਦੇ ਹਾਂ, ਤੁਸੀਂ ਆਹ ਦੇਖੋ। ਠੀਕ ਹੈ ਜੀ। ਸਿਰਫ ਤੁਸੀਂ ਰੱਸੀਆਂ ਖਿੱਚਣੀਆਂ ਜੀ। ਠੀਕ। ਤੁਹਾਡਾ ਸਾਰਾ ਜਿਹੜਾ ਸਿਸਟਮ। ਅੱਛਾ ਜੀ। ਮਨ ਨਾਲ ਦੀ ਨਾਲ ਧੁੱਪ ਤੋਂ ਛਾਂ ਜੀ। ਬਿਲਕੁਲ ਜੀ। ਨਾਲ ਨਾਲ ਵੀਡੀਓ ਚ ਮਤਲਬ ਕੋਈ ਵੀ ਕਈ ਵਾਰ ਮੌਸਮ ਖਰਾਬੀ ਹੁੰਦੇ, ਗੜੇ ਗੁੜੇ ਆ ਜਾਂਦੇ, ਜਾਂ ਕੋਈ ਆਪਾਂ ਚੀਜ਼ ਢਕਣੀ ਆ, ਨਾਲ ਦੀ ਨਾਲ ਆਪਾਂ ਬੰਦ ਕਰ ਸਕਦੇ। ਜੇ ਤੁਸੀਂ ਸ਼ੈੱਡ ਬਣਾਉਣਾ ਪਸ਼ੂ ਵਾਸਤੇ, ਆਜ ਦੀ ਚੀਜ਼ ਕੋਈ ਕਰਨਾ ਹੈ ਨਾ, ਪ੍ਰਬੰਧ ਕਰਨਾ, ਤੇ ਬੜਾ ਵਧੀਆ ਕਨਸੈਪਟ ਹੈਗਾ ਜੀ। ਠੀਕ ਹੈ ਜੀ। ਇਧਰੋਂ ਸਟੀਲ ਦੀ ਪਾਈਪ ਲਾ ਕੇ ਜੀ, ਬਸ ਸਿੱਧਾ ਪਾਈਪ ਲਾ ਕੇ। ਠੀਕ ਹੈ ਜੀ। ਅੱਛਾ, ਸਟੀਲ ਦੀ ਪਾਈਪ ਕਈ ਵਾਰ ਲੱਗਦੀ ਲੋਕਾਂ ਨੂੰ ਬੜੀ ਮਹਿੰਗੀ ਹੁੰਦੀ ਹੈ ਨਾ। ਠੀਕ ਹੈ ਜੀ। ਉਹਦੀ ਜਗ੍ਹਾ ਵਾਇਰ ਵੀ ਯੂਜ਼ ਕਰ ਸਕਦੇ ਆ, ਕੱਲੀ ਆਪਾਂ ਤਾਰ ਵੀ ਲਾ ਸਕਦੇ ਹਾਂ, ਜਿਹਨੂੰ ਆਪਾਂ ਖੋਲਣਾ ਚਾਹੀਏ ਤਾਂ ਵੀ ਆਪਾਂ ਸਕਿੰਟਾਂ 'ਚ ਖੋਲ ਸਕਦੇ। ਇਹ ਚੀਜ਼ ਨਾ, ਜਦੋਂ ਅਸੀਂ ਇਹਨਾਂ ਰੱਸੀਆਂ ਨੂੰ ਬੈਕ ਖਿੱਚ ਲਾਂਗੇ, ਆਹ ਦੇਖੋ ਜੀ ਸਾਰਾ ਖੁੱਲ ਗਿਆ ਜੀ। ਠੀਕ ਹੈ ਜੀ। ਇੱਕ ਮਿੰਟ 'ਚ ਹੀ, ਮਤਲਬ ਇੱਕ ਸਕਿੰਟ 'ਚ ਹੀ ਧੁੱਪ ਜੀ, ਕੇਵਲ ਇੱਕ ਹੀ ਨਹੀਂ ਹੈਗਾ। ਦੇਖੋ ਤੁਸੀਂ ਸਾਡਾ ਉੱਪਰ ਸਾਰੇ, ਦੇਖੋ ਸਾਰੇ ਜਾਲੀਆਂ ਜਿਹੜੀਆਂ, ਜੀ ਗਰਮੀ ਜ਼ਿਆਦਾ ਨਹੀਂ ਨਾ ਹੋਈ ਅਜੇ, ਅਜੇ ਰੱਖਿਆ ਸਮੇਟ ਕੇ। ਠੀਕ ਹੈ ਜੀ। ਇਸ ਤਰੀਕੇ ਨਾਲ ਜਿਹੜਾ ਸਰਦੀਆਂ ਵਿੱਚ ਜ਼ਿਆਦਾ ਧੁੰਦ ਹੁੰਦੀ ਆ ਜੀ, ਤਾਂ ਉਦੋਂ ਵੀ ਆਪਾਂ ਇਹਨੂੰ ਢੱਕ ਸਕਦੇ ਹਾਂ, ਮਤਲਬ ਮੌਸਮ ਦਾ ਆਪਾਂ ਜਿੰਨਾ ਕੁ ਹੋ ਸਕਦਾ ਇਫੈਕਟ ਤੋਂ ਬਚਾ ਸਕਦੇ ਹਾਂ। ਬਿਲਕੁਲ ਬਿਲਕੁਲ। ਤੇ ਇੱਕ ਚੀਜ਼ ਹੋਰ ਦੇਖ ਰਹੇ ਜੀ, ਖਾਸ ਮੈਂ ਇੱਧਰ ਤਾਂ ਭਿੰਡੀਆਂ ਦੀ ਕੈਰੀ ਲੱਗੀ ਆਈ ਆ ਜੀ, ਇਹਦੇ ਵਿੱਚ ਮੈਂ ਦੇਖ ਰਿਹਾ ਕਿਤੇ ਗੰਡੇ ਵੀ ਆ ਜੀ, ਕਿਤੇ ਕੱਦੂਆਂ ਦੀ ਵੱਲ ਵੀ ਆ, ਬੈਂਗਣ ਵੀ ਲੱਗੇ ਆ, ਮਿਰਚ ਵੀ ਲੱਗੀ ਆ, ਇਹ ਸਾਰਾ ਕੁਝ ਮਿਕਸ ਕਿਵੇਂ ਕੀਤਾ ਹੋਇਆ ਜੀ? ਇਹਨੂੰ ਮਲਟੀ ਕ੍ਰੋਪਿੰਗ ਕਹਿੰਦੇ ਆ।
ਠੀਕ ਹੈ ਜੀ। ਇਧਰ ਆਪਾਂ ਸਟਾਰਟਿੰਗ ਵਿੱਚ ਜਿੱਦਾਂ ਸ਼ੁਰੂ ਵਿੱਚ ਹੀ ਆਪਾਂ ਲਾਈਆਂ ਫਲੀਆਂ ਦੇ ਬੂਟੇ ਲਾਏ ਨੇ ਕੁਛ, ਤੇ ਬੈਂਗਣ ਲਗਾ ਦਿੱਤੇ ਜੀ, ਵਿੱਚ ਹੀ ਆਪਾਂ ਲਾਤੇ ਪਿਆਜ਼ ਜੀ, ਵਿੱਚ ਹੀ ਆਪਾਂ ਸ਼ਿਮਲਾ ਮਿਰਚ ਲਾ ਦਿੱਤੀਆਂ ਨੇ, ਠੀਕ ਹੈ ਜੀ। ਸ਼ਿਮਲਾ ਮਿਰਚ ਤੋਂ ਬਾਅਦ ਅਸੀਂ ਲਾ ਦਿੱਤੇ ਕੱਦੂ, ਕੱਦੂ ਜੀ ਅਸੀਂ ਮਲਟੀ ਕ੍ਰੋਪਿੰਗ ਕੀਤੀ ਹੈ ਜੀ, ਥੋੜੀ ਤੋਂ ਥੋੜੀ ਜਗ੍ਹਾ ਨੂੰ ਵੀ ਆਪਾਂ ਯੂਜ਼ ਕੀਤਾ, ਠੀਕ ਹੈ ਜੀ। ਮਤਲਬ ਇੱਕ ਕੈਰੀ ਚ ਵੀ ਆਪਾਂ ਮਲਟੀ ਕ੍ਰੋਪਿੰਗ ਰਾਹੀਂ ਪੂਰੀਆਂ ਉਹ ਲੈ ਸਕਦੇ ਹਾਂ ਅਲੱਗ ਅਲੱਗ, ਛੱਤ ਜਗ੍ਹਾ ਘੱਟ ਹੈ ਆਪਣੇ ਕੋਲ ਜੀ, ਤੇ ਵੱਧ ਤੋਂ ਵੱਧ ਚੀਜ਼ਾਂ ਜਿਹੜੀ ਆਪਾਂ ਕੱਟ ਲਈ ਆਪਣੇ ਮਨ ਦੇ ਸ਼ੌਕ ਵੀ ਪੂਰੇ ਹੋ ਜਾਣਗੇ, ਠੀਕ ਹੈ ਜੀ, ਜਗ੍ਹਾ ਵੀ ਯੂਜ਼ ਹੋ ਜੂਗੀ ਸਾਰਾ ਹੀ ਜੀ। ਸਰ ਹੁਣ ਆਪਾਂ ਆ ਗਏ ਜੀ ਤੀਜੇ ਸੈਕਸ਼ਨ ਦੇ ਵਿੱਚ, ਤੇ ਇੱਥੇ ਪਹਿਲਾਂ ਜਿਹੜੇ ਆਪਣੇ ਫਲ ਵਾਲੇ ਬੂਟੇ ਉਹਨਾਂ ਦੀ ਤਾਂ ਗੱਲ ਕਰਨੀ ਹੀ ਕਰਨੀ ਆ, ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਨਾਲ ਪਿਆਰ, ਤੇ ਆਹ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਇਹ ਅਲੋਪ ਹੋ ਰਹੀਆਂ ਨੇ ਜੀ, ਕੀ ਜਿਹੜਾ ਆਪਾਂ ਪਿਲਕਣ ਆ, ਬੱਚਿਆਂ ਨੂੰ ਪੁੱਛੋ ਪਿਲਕਣ ਕੀ ਹੁੰਦੀ, ਪਿੱਪਲ, ਗੁੱਲੜ, ਸਹਿਤੂਤ, ਜੀ, ਅਲਮਤਾਸ, ਹਨਾ, ਕਿਸੇ ਬਾਰੇ ਵੀ ਨਾਮ ਦਾ ਨਹੀਂ ਪਤਾ ਹੁੰਦਾ, ਰੇਰੂ ਸ਼ਬਦ ਨਹੀਂ ਸੁਣਿਆ ਕਿਸੇ ਨੇ ਨਾ, ਰੇਰੂ ਇਹ ਵੀ ਦੇਖੋ ਚੀਜ਼ ਹੈ, ਬਿਲਕੁਲ ਜੀ ਬਿਲਕੁਲ, ਆ ਸਰਕਲ ਦਾ ਜਿਹੜਾ ਵਾ ਜੀ, ਮਹੀਨੇ, ਹਨਾ, ਰੁੱਤਾਂ, ਕਿਸੇ ਨੂੰ ਵੀ ਨਹੀਂ ਪਤਾ, ਸਾਡੀ ਨਵੀਂ ਪੀੜ੍ਹੀ ਜਿਹੜੀ ਆ ਉਹਨੂੰ ਇਹ ਨਹੀਂ ਪਤਾ ਹੈਗਾ ਕਿ ਕੱਤਕ ਕਦੋਂ, ਮੱਗਰ ਕਦੋਂ, ਪੋਹ ਕਦੋਂ ਆਉਂਦਾ, ਹੁਣ ਉਹੀ ਗੱਲ ਹੈ ਜੀ, ਹੁਣ ਮੈਨੂੰ ਅਪ੍ਰੈਲ ਪਤਾ, ਚੇਤ ਨਹੀਂ ਪਤਾ, ਤੇ ਕਈ ਵਾਰ ਚਲੋ ਇਹ ਨਹੀਂ ਕਿ ਸਾਡੇ ਬੱਚੇ ਆਉਂਦੇ ਨੇ ਗਾਰਡਨ ਦੇ ਵਿੱਚ, ਹਾਂ, ਉਹਨਾਂ ਨੂੰ ਸਿੱਖਣ ਨੂੰ ਮਿਲਦਾ, ਸਿੱਖਿਆ ਮਿਲ ਜਾਂਦੀ ਹੈ ਨਾ, ਬਿਲਕੁਲ ਜੀ, ਬਹੁਤ ਵਧੀਆ ਕਨਸੈਪਟ ਆ ਜੀ, ਤੇ ਤੀਜੇ ਸੈਕਸ਼ਨ ਦੇ ਵਿੱਚ ਸਰ ਕੀ ਆ ਗਿਆ ਜੀ ਇਸ ਤੋਂ ਇਲਾਵਾ? ਹਾਂਜੀ, ਇਹ ਆਪਾਂ ਸਾਰੇ ਹੀ ਮੈਡੀਸਿਨ ਪਲਾਂਟ ਲਗਾਏ ਜਿੱਦਾਂ ਜੀ, ਇਹ ਹੈਗਾ ਆਪਣਾ ਆਲ ਸਪਾਈਸ, ਠੀਕ ਹੈ ਜੀ, ਆਲ ਸਪਾਈਸ ਮਸਾਲੇ ਜਿੱਦਾਂ ਕਹਿ ਸਕਦੇ, ਪਰ ਸਾਰੇ ਤਰ੍ਹਾਂ ਦੇ ਮਸਾਲੇ ਇੱਕ ਬੂਟੇ 'ਚ, ਬਿਲਕੁਲ ਫਲੇਵਰ ਐਵੇਂ ਸਬਜ਼ੀ ਵਿੱਚ ਜਿਵੇਂ ਪਾਓ ਤੇ ਤੁਹਾਨੂੰ ਮਸਾਲਿਆਂ ਦਾ ਸਵਾਦ ਆਊਗਾ, ਤੁਸੀਂ ਟੇਸਟ ਕਰੋਗੇ ਤੁਹਾਨੂੰ ਸਾਰੇ ਮਸਾਲੇ ਜਿਹੜੇ ਨਾ ਤੁਹਾਨੂੰ ਜ਼ੁਬਾਨ ਤੇ ਮਹਿਸੂਸ ਹੋਣਗੇ, ਕੀ ਬਾਤ ਹੈ ਜੀ, ਜੀ ਸਾਡੇ ਤੇ ਕਬਜ਼ਾ ਵੀ ਤਾਂ ਮਸਾਲਿਆਂ ਕਰਕੇ ਹੋਇਆ ਸੀ, ਠੀਕ ਹੈ ਜੀ, ਭਾਰਤ ਤੇ ਕਾਰਨ ਕਿ ਬਿਮਾਰੀਆਂ ਜ਼ਿਆਦਾ ਆ ਗਈਆਂ, ਉਹਨਾਂ ਦਾ ਹੱਲ ਅਸੀਂ ਲੱਭ ਕੇ ਰੱਖਿਆ ਹੋਇਆ, ਸਟੀਵੀਆ, ਸ਼ੂਗਰ ਦੀ ਪ੍ਰੋਬਲਮ, ਠੀਕ ਹੈ ਜੀ, ਬਿਲਕੁਲ ਖੰਡ, ਠੀਕ ਹੈ ਜੀ, ਬਹੁਤ ਐਕਸਟ੍ਰੀਮ ਖੰਡ ਜਿਹਨੂੰ ਕਹਿ ਸਕਦੇ ਹੋ ਨਾ, ਕਿ ਇਹਦਾ ਇੱਕ ਪੱਤਾ ਹੀ ਚਾਹ ਚ ਪਾ ਲਓ ਤਾਂ ਤੁਹਾਨੂੰ ਖੰਡ ਨਹੀਂ ਪਾਉਣ ਦੀ ਲੋੜ ਪਊ, ਅੱਛਾ ਜੀ, ਹਾਂਜੀ, ਤੇ ਇਹ ਹੈਗਾ ਮਿਨਟ, ਠੀਕ ਹੈ ਜੀ, ਜਿਹੜੇ ਕ੍ਰਸ਼ਰ ਵਗੈਰਾ ਪੀਨੇ ਆ ਜੀ ਆਪਾਂ ਉਹਦਾ ਉਹਦਾ ਇਹ ਮਤਲਬ ਇਹ ਚੀਜ਼ ਨਾਲ ਬਣਦੇ ਜਿਵੇਂ ਆਪਾਂ ਕਹਿੰਦੇ ਨਿੰਬੂ ਤੇ ਉਹਦਾ ਘੋਲ ਕੇ ਜੀ, ਇਹ ਆਪਣਾ ਪੱਥਰ ਚੱਟ ਪੱਥਰੀ ਦੀ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਜ਼ਿਆਦਾਤਰ, ਹਨਾ, ਤੇ ਇਹਨੂੰ ਆਪਾਂ ਕ੍ਰਸ਼ ਕਰਕੇ ਰਗੜ ਕੇ ਜੂਸ ਬਣਾ ਕੇ ਵੀ ਪੀ ਸਕਦੇ, ਤਾਂ ਪੱਥਰੀ ਨੂੰ ਇਹ ਠੀਕ ਕਰਦਾ, ਹਾਂਜੀ ਜੀ, ਤੇ ਇਹ ਹੈਗਾ ਇਨਸੂਲਿਨ, ਸ਼ੂਗਰ ਦੀ ਪ੍ਰੋਬਲਮ ਇਹ ਵੀ ਆਪਾਂ ਨੂੰ, ਠੀਕ ਹੈ ਜੀ, ਤੇ ਇਨਸੂਲਿਨ ਆਪਾਂ ਇਹ ਸਵੇਰ ਟਾਈਮ ਹਰਾ ਪੱਤਾ ਖਾਓ, ਅੱਛਾ ਜੀ, ਜਿਨ੍ਹਾਂ ਨੂੰ ਬਹੁਤ ਘੱਟ ਸ਼ੂਗਰ ਹੈ, ਠੀਕ ਹੈ ਜੀ, ਮਤਲਬ ਇਹ ਪੂਰਾ ਰਾਤ ਦਿੰਦਾ ਹੈ, ਹਾਂਜੀ ਦਿੰਦਾ ਹੈ, ਜਿਨ੍ਹਾਂ ਨੂੰ ਸਟਾਰਟਿੰਗ ਸ਼ੂਗਰ ਹੋਈਆਂ ਨੇ, ਠੀਕ ਹੈ ਜੀ, ਉਹਨਾਂ ਨੂੰ ਪੂਰੀ ਰਾਤ, ਉਹ ਇਨਸੂਲਿਨ ਦਾ ਮਤਲਬ ਟੀਕਾ ਵੀ ਕਹਿੰਦੇ ਹੁੰਦੇ ਹਨਾ, ਜਦੋਂ ਜ਼ਿਆਦਾ ਸ਼ੂਗਰ ਹੋ ਜਾਂਦੀ ਹੈ ਉਹਨੂੰ ਟੀਕਾ ਰਕਮੈਂਡ, ਮਤਲਬ ਚੀਜ਼ ਉਹੀ ਆ ਗਈ ਜੀ ਇਹ, ਮਤਲਬ ਹੱਲ ਕਰਦੇ ਲੈਵਲ ਵੱਧ ਕੇ ਸ਼ੂਗਰ ਤਾਂ ਚਲੋ ਉਦੋਂ ਤਾਂ ਦਵਾਈਆਂ ਨੇ ਅਸਰ ਕਰਨਾ ਨਾ, ਪਰ ਜੇ ਥੋੜਾ ਬਹੁਤਾ ਹੈਗਾ ਤੁਸੀਂ ਆਪਣਾ ਅਵੋਇਡ ਕਰ ਸਕਦੇ ਹੋ, ਅਵੋਇਡ ਕਰ ਸਕਦੇ ਹੋ ਜੀ, ਇਹ ਹੈਗਾ ਲੈਮਨ ਗ੍ਰਾਸ, ਲੈਮਨ ਗ੍ਰਾਸ ਆ ਗਈ, ਟੀ ਪੀਨੇ ਆਪਾਂ ਜੀ, ਇਹਦੇ ਵਿੱਚੋਂ ਆਪਾਂ ਨੂੰ ਦੋ ਤਿੰਨ ਫਲੇਵਰ ਮਹਿਸੂਸ ਹੁੰਦੇ ਨੇ, ਠੀਕ ਹੈ ਜੀ, ਇਹ ਹਰ ਘਰ ਦੇ ਵਿੱਚ ਮੈਂ ਸੋਚਦਾ ਕੁਝ ਐਸੈਂਸ਼ੀਅਲ ਪਲਾਂਟ ਹੈਗੇ ਜਿਨ੍ਹਾਂ ਵਿੱਚ ਲੈਮਨ ਗ੍ਰਾਸ ਤਾਂ ਹੋਣਾ ਜ਼ਰੂਰੀ ਹੈ, ਘਰ ਹੋਣਾ ਜ਼ਰੂਰੀ ਹੈ, ਆਪਾਂ ਗ੍ਰੀਨ ਟੀ ਪੀਨੇ ਉਹ ਵੀ ਤਾਂ ਪੈਕਟ ਬੰਦ ਹੋ ਕੇ ਆਉਂਦੀ ਹੈ, ਠੀਕ ਹੈ, ਕਿਉਂ ਨਾ ਗ੍ਰੀਨ ਟੀ ਆਪਣੀ ਬਣਾ ਲਈ ਜਾਏ, ਬਿਲਕੁਲ ਜੀ ਬਿਲਕੁਲ, ਤੇ ਆਸਾਨੀ ਨਾਲ ਹੋ ਜਾਂਦਾ ਜੀ, ਜੀ, ਤੇ ਸਰ ਇਹ ਸਾਰੇ ਬੂਟੇ ਜਿਵੇਂ ਤੁਸੀਂ ਦੱਸਿਆ ਆਸਾਨੀ ਨਾਲ ਹੋ ਜਾਂਦੇ ਆ, ਇਹ ਕੋਈ ਅਲੱਗ ਦੇਖਭਾਲ ਭਾਲਦੇ ਆ ਕਿ ਨਾਰਮਲੀ, ਮਤਲਬ ਆਪਾਂ ਜੇ ਲਾਉਂਦੇ ਨਾਰਮਲ, ਇਹਨਾਂ ਨੂੰ এনवायरमेंट ਮੀਨਸ ਕਿ ਜਿਹੜਾ ਸਰਦੀ ਜ਼ਿਆਦਾ ਹੁੰਦੀ ਆ ਉਹ ਥੋੜੀ ਜਿਹੀ ਕਵਰ ਕਰਨਾ ਪੈਂਦਾ, ਜਦੋਂ ਜ਼ਿਆਦਾ ਗਰਮੀ ਹੁੰਦੀ ਉਦੋਂ ਥੋੜਾ ਜਿਹਾ ਕਵਰ ਕਰਨਾ, ਬਲ ਧਿਆਨ ਦੇਣਾ ਪੈਂਦਾ ਜੀ, ਸਾਡਾ ਜਿਹੜਾ ਹੁਣ ਤਾਂ ਦਾ ਤਜਰਬਾ ਹੈਗਾ ਨਾ ਜੀ, ਜੀ ਜਿਹੜੇ ਤੁਹਾਡੇ ਮੈਡੀਸਨਲ ਪਲਾਂਟਸ ਹੈਗੇ ਆ ਇਹ ਆਰਾਮ ਨਾਲ ਹੋ ਜਾਂਦੇ ਆ, ਇਹ ਕੋਈ ਜ਼ਿਆਦਾ ਕੇਅਰ ਨਹੀਂ ਮੰਗਦੇ ਹੈਗੇ, ਠੀਕ ਹੈ ਜੀ, ਸਰਦੀਆਂ ਤੋਂ ਬਚਾਉਣੇ ਆਪਾਂ ਨੂੰ ਜ਼ਰੂਰੀ ਹੋ ਜਾਂਦੇ ਆ, ਤੇ ਜੀ ਸਰ ਆਓ ਜੀ ਇੱਧਰ ਸਾਡੇ ਕੋਲ, ਇੱਧਰ ਇਹ ਮਸੰਮੀ ਦਾ ਬੂਟਾ ਜੇ ਜੀ, ਇੱਕ ਚਕੋਦਰੇ ਦਾ ਸਾਡਾ ਪਲਾਂਟ ਹੋਰ ਵੀ ਹੈ, ਇੱਧਰ ਹੋਰ ਵੀ ਹੈ ਜੀ, ਹਾਂਜੀ, ਤੇ ਨਿੰਬੂ ਦਾ ਹੈ, ਤੇ ਇੱਧਰ ਆਪਾਂ ਲਾਇਆ ਆਮਲਾ, ਠੀਕ ਹੈ ਜੀ, ਹਾਂਜੀ, ਇਹ ਆਮਲਾ ਹੈ, ਤੇ ਇਹ ਵਾਲਾ ਹੈਗਾ ਸਟਾਰ ਫਰੂਟ, ਸਟਾਰ ਫਰੂਟ ਇਹ ਕਿਹੜਾ ਫਰੂਟ ਹੁੰਦਾ ਜੀ? ਸਟਾਰ ਵਾਂਗਾ ਹੀ ਬਣਿਆ ਹੁੰਦਾ ਵਾ, ਹੁੰਦਾ ਅੱਛਾ ਜੀ, ਇੱਕ ਦਾ ਹੀ ਹੁੰਦਾ ਹੈ, ਠੀਕ ਹੈ ਜੀ, ਹਾਂਜੀ ਜੀ, ਬੱਚਿਆਂ ਨੂੰ ਆਪਾਂ ਦੱਸਣ ਵਾਸਤੇ
ਦੇਖੋ ਬੱਚੇ ਜਿਹੜੇ ਆ ਜਿਸ ਜਨਰੇਸ਼ਨ ਦੀ ਆਪਾਂ ਗੱਲ ਕਰਦੇ ਆ, ਪੈਕਟਾਂ ਦੇ ਵਿੱਚ ਚੀਜ਼ਾਂ ਖਾਣੀਆਂ ਆਪਾਂ ਗਜਾ ਦਿੱਤੀਆਂ ਉਹਨਾਂ ਨੂੰ, ਬਿਲਕੁਲ ਜੀ, ਉਹਨਾਂ ਨੂੰ ਇਹ ਨੀ ਪਤਾ ਵੀ ਚੀਜ਼ ਜੇ ਕਣਕ ਆ ਜਾਂ ਇਹ ਚੀਜ਼ਾਂ ਹੈਗੀਆਂ ਫਰੂਟ, ਇਹ ਉੱਗਦੇ ਆ ਕਿ ਪੈਕਟਾਂ ਆਉਂਦੇ ਆ, ਬਿਲਕੁਲ ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਬੱਚੇ ਜਾਣੂ ਹੋਣਗੇ ਉਹ ਕਹਿ ਦਿੰਦੇ ਨੇ ਜੀ, ਪੰਜਾਬੀ ਕਹਿ ਦਿੰਦੇ ਨੇ ਕੁਛ ਮਰਜ਼ੀ ਖਾ ਲਈਏ ਜਦੋਂ ਘਰ ਦੀ ਰੋਟੀ ਖਾ ਲਈ ਢਿੱਡ ਭਰ ਜਾਂਦਾ, ਉਹ ਕਿਉਂਕਿ ਬੱਚੇ ਨੂੰ ਆਪਾਂ ਪਹਿਲੇ ਜਨਮ ਤੋਂ ਰੋਟੀ ਤੇ ਲਾਇਆ ਹੁੰਦਾ ਤਾਂ ਉਹਦੇ ਲਈ ਰੋਟੀ ਲੀਵਰ ਲਈ ਰੋਟੀ ਵੱਡੀ ਆ, ਤਾਂ ਜਿਹੋ ਜਿਹਾ ਬੱਚੇ ਨੂੰ ਆਪਾਂ ਸਿਖਾਵਾਂਗੇ ਤਾਂ ਬੱਚੇ ਨੇ ਇਨਵਾਇਰਮੈਂਟ ਦੇ ਵਿੱਚੋਂ ਸਿੱਖਣਾ ਜੀ। ਜੀ ਇਸ ਤੋਂ ਅੱਗੇ ਸਰ, ਪੰਜਾਬ ਦੀ ਮਿੱਟੀ ਜਿਹੜੀ ਆ ਨਾ ਜੀ ਉਹ ਲਾਹੇਵੰਦ ਹੈਗੀ ਆ, ਠੀਕ ਹੈ ਜੀ, ਜੇ ਕੋਈ ਵੱਡੇ ਲੈਵਲ ਤੇ ਇਹਨੂੰ ਕਰਨਾ ਚਾਹੁੰਦਾ ਮਤਲਬ ਬਿਜ਼ਨਸ ਪਰਪਸ ਲਈ ਕਮਰਸ਼ੀਅਲ ਕਰਨਾ ਤਾਂ ਅੰਜੀਰ ਬਹੁਤ ਵਧੀਆ। ਬਿਲਕੁਲ, ਜੇ ਅਸੀਂ ਦੇਖੋ ਇਦਾਂ ਦੇ ਅਸੀਂ ਡਰਾਮਾ ਦੇ ਵਿੱਚ ਉਗਾ ਸਕਦੇ ਹਾਂ ਤੇ ਖੇਤਾਂ ਦੇ ਵਿੱਚ ਕਿੱਡੇ ਵਧੀਆ ਹੋਣਗੇ। ਕੀ ਬਾਤ ਹੈ, ਬਹੁਤ ਵਧੀਆ ਸਾਨੂੰ ਜਿਹੜਾ ਫਲ ਮਿਲਦਾ ਜੀ ਇਹਦੇ ਉੱਤੇ। ਜੀ ਸਰ, ਇਸ ਅੱਗੇ ਸਾਡੇ ਕੋਲ ਕੁਝ ਬੂਟੇ ਹੋਰ ਹੈਗੇ ਨਾ, ਇਹ ਕੜੀ ਪੱਤਾ ਹੈਗਾ ਜੀ। ਹਾਂਜੀ, ਇਹ ਕੜੀ ਪੱਤਾ ਹੈਗਾ, ਠੀਕ ਹੈ ਜੀ। ਇਹ ਮਤਲਬ ਆਪਣੇ ਲੋਕਾਂ ਨੂੰ ਤਾਂ ਮਤਲਬ ਉਹ ਸੁਣਿਆ ਹੈਗਾ ਕੜੀ ਪੱਤਾ ਵਿਆਹਾਂ ਵੇਲੇ ਪੈਕਟੀ ਚ ਲੈ ਆਉਂਦੇ ਨੇ, ਪਰ ਉਹ ਬੂਟੇ ਨਹੀਂ ਲਾ ਸਕਦੇ ਸਿੰਪਲ, ਇਹ ਤਾਂ ਮਤਲਬ ਜਿਵੇਂ ਨਾਰਮਲ ਅੱਜ ਕੱਲ ਆਪਾਂ ਸਾਊਥ ਖਾਂਦੇ ਤਾਂ ਹੈ ਪਰ ਉਹ ਚ ਆਪਾਂ ਫਲੇਵਰ ਨਹੀਂ ਲੱਭਦੇ ਹੈਗੇ, ਜਿੱਦਾਂ ਰਾਈ ਪਾਈ ਹੁੰਦੀ ਆ, ਕੜੀ ਪੱਤਾ ਪਾਇਆ ਹੁੰਦਾ, ਕਿਸੇ ਨੂੰ ਪਤਾ ਹੀ ਨਹੀਂ ਕੜੀ ਪੱਤਾ ਹੁੰਦਾ ਕੀ ਹੁੰਦਾ ਕੀ ਹੈ। ਹਾਂਜੀ, ਜ਼ਿਆਦਾਤਰ ਆਉਂਦੇ ਇੱਥੇ ਕੋਈ ਵੀ ਆਇਆ ਆਪਣੇ ਘਰੇ ਪੁੱਛੇਗਾ ਕੜੀ ਪੱਤਾ ਹੁੰਦਾ ਕੀ ਹੈ। ਸਾਊਥ ਵਿੱਚ ਤਾਂ ਚੱਲਣ ਬਹੁਤ ਜ਼ਿਆਦਾ ਹੈਗਾ, ਔਰ ਮੇਰੇ ਖਿਆਲ ਨਾਲ ਇਹ 20 ਬਿਮਾਰੀਆਂ ਨੂੰ ਕੱਟਦਾ ਆ, ਸਭ ਤੋਂ ਵੱਧ ਮੈਡੀਸਨਲ ਪਲਾਂਟ ਵੀ, ਮੈਡੀਸਨ ਪੇਸਟ ਵੀ ਇਹਦਾ ਜਿਹੜਾ ਬੜਾ ਵਧੀਆ ਇਹਦਾ ਹੁੰਦਾ। ਠੀਕ ਹੈ ਸਰ, ਅੱਜ ਕੱਲ ਆਪਣੇ এনवायरमेंट ਵਿੱਚ ਜਿੰਨੀਆਂ ਵੀ ਬਿਮਾਰੀਆਂ ਹੋ ਚੁੱਕੀਆਂ ਨਾ ਉਹਨਾਂ ਦਾ ਇੱਕ ਘਰੇਲੂ ਪਾ ਆਪਾਂ ਕਰ ਲਈਏ ਤੇ ਮੈਨੂੰ ਲੱਗਦਾ ਕਿ ਕੋਈ ਬਿਮਾਰੀ ਨਹੀਂ ਆਪਾਂ ਨੂੰ। ਬਿਲਕੁਲ ਜੀ, ਬਿਲਕੁਲ ਤੇ ਹਾਂਜੀ ਹਾਂਜੀ, ਇਹ ਹੈਗਾ ਇਲਾਚੀ ਦਾ ਬੂਟਾ ਜੀ। ਠੀਕ ਹੈ ਜੀ, ਇਲਾਚੀ ਵੈਸੇ ਤਾਂ ਹੁੰਦੀ ਕੇਰਲ ਵਿੱਚ, ਠੀਕ ਹੈ ਜੀ, ਆਪਾਂ ਇਹਨੂੰ ਲਾ ਕੇ ਦੇਖਿਆ, ਠੀਕ ਹੈ ਜੀ, ਪੰਜਾਬ ਚ ਹੁੰਦੀ ਹੈ ਕਹਣਾ ਜੀ। ਹਾਂਜੀ, ਬੱਚਿਆਂ ਨੂੰ ਦਸੀਏ ਆਪਾਂ ਕਿ ਇਲਾਚੀਆਂ ਵੀ ਹੁੰਦੀਆਂ ਨੇ, ਇਹ ਇਹ ਕੇਲੀਆਂ ਵਰਗਾ ਹਨਾ ਜੀ ਬੂਟਾ, ਜਿਵੇਂ ਇਹਨੂੰ ਅਸੀਂ ਕੀ ਲਾਇਆ ਕਿ ਐਸੇ ਅਸੀਂ ਡੈਕੋਰੇਟਿਵ ਪਲਾਂਟ ਲਾਇਆ ਹੋਇਆ ਇਹਨੂੰ ਜੀ, ਕਿਉਂਕਿ ਇਹ 12 ਮਹੀਨੇ ਇਸ ਤਰ੍ਹਾਂ ਰਹਿਣਾ ਜੀ। ਠੀਕ ਹੈ ਜੀ, ਇਲਾਚੀ ਆਪਣੇ ਕੰਡੀਸ਼ਨ ਨਹੀਂ ਹੈਗੀ ਪੰਜਾਬ ਦੇ ਵਿੱਚ, ਇਲਾਚੀ ਹੁੰਦੀ ਨਹੀਂ ਹੈਗੀ, ਲੱਗਦੀ ਨਹੀਂ ਹੈਗੀ, ਪਰ ਇਹ ਕਿ ਬੂਟਾ ਹੋ ਜਾਂਦਾ ਤੇ ਬੜਾ ਵਧੀਆ ਇਹਦੀ ਛੋ ਹੈਗੀ ਆ, ਐਸੇ ਡੈਕੋਰੇਸ਼ਨ ਪਲਾਂਟ ਤੁਸੀਂ ਇਹਨੂੰ ਘਰ ਦੇ ਵਿੱਚ ਲਾ ਸਕਦੇ ਜੀ। ਜੀ ਸਰ, ਜੀ ਮੈਮ, ਆਪਣਾ ਸਟਾਰ ਪਲਾਂਟ ਸਾਡਾ ਮਤਲਬ ਕਿ ਇਸ ਜਿਹੜਾ ਗਾਰਡਨ ਦਾ ਸਟਾਰ ਪੌਦਾ ਕਹਿੰਦੇ ਜੀ। ਸਰ ਇਹਨੂੰ ਸਟਾਰ ਪੌਦਾ ਕਿਉਂ ਕਹਿੰਦੇ, ਇਹਦੇ ਪਿੱਛੇ ਦਾ ਕੀ ਕਾਰਨ ਹੈ? ਅਸੀਂ ਸਾਡੇ ਜਿਹੜਾ ਨਾ ਆਉਂਦਾ ਜੀ ਛੱਤ ਵਾਲੇ ਖੇਤ ਦੇ ਵਿੱਚ, ਸਭ ਤੋਂ ਪਹਿਲਾਂ ਕਹਿੰਦੇ ਸਾਡਾ ਨਾ ਸਟਾਰ ਪੌਦਾ ਕਿਉਂ ਹੈਗਾ ਜੀ? ਸਭ ਤੋਂ ਪਹਿਲਾ ਪੌਦਾ ਸੀ ਗਾਰਡਨਿੰਗ ਹੀ ਇਸ ਨਿੰਬੂ ਦੇ ਬੂਟੇ ਤੋਂ ਸ਼ੁਰੂ ਕੀਤੀ ਜੀ। ਠੀਕ ਹੈ ਜੀ, ਔਰ ਇਸ ਦੇ ਉੱਪਰ ਪੱਤਿਆਂ ਤੋਂ ਜ਼ਿਆਦਾ ਨਿੰਬੂ ਲੱਗਦੇ ਆ ਜੀ, ਮਤਲਬ ਜਿੰਨਾ ਗਮਲੇ ਦਾ ਭਾਰ ਆ ਉਹਨਾਂ ਇਹਦੇ ਨਿੰਬੂਆਂ ਦਾ ਭਾਰ। ਇਹਨੇ ਸਾਨੂੰ ਮੋਟੀਵੇਟ ਕੀਤਾ ਆ। ਠੀਕ ਹੈ ਜੀ, ਗਮਲੇ ਚ ਹੋ ਸਕਦੀ ਹੈ ਨਾ, ਮੋਟੀਵੇਟ ਨਾ ਹੋਵੋ ਮੈਂ ਤੁਹਾਨੂੰ ਸਟਾਰ ਬਣਾਵਾਂਗਾ। ਕੀ ਬਾਤ ਹੈ ਜੀ, ਇਥੋਂ ਅਸੀਂ ਜੀ ਸਟਾਰਟਿੰਗ ਕੀਤੀ ਹੈ, ਮਤਲਬ ਕਨਸੈਪਟ ਅਸੀਂ ਲੈ ਕੇ ਸੋਸ਼ਲ ਮੀਡੀਆ ਤੇ ਵੀ ਇਹਦਾ ਕੋਈ ਹੈਗਾ ਜੀ? ਫਿਰ ਜੀ ਬਿਲਕੁਲ, ਸੋਸ਼ਲ ਮੀਡੀਆ ਤੇ ਸਾਡੇ YouTube ਚੈਨਲ ਹੈਗੇ ਨੇ ਜੀ, ਉਹਨਾਂ ਦੇ ਉੱਪਰ ਜਿਹੜਾ ਹੈ ਸਭ ਤੋਂ ਵੱਧ ਮੇਰੇ ਖਿਆਲ ਨਾਲ 5.5 ਲੱਖ ਤੋਂ 5 ਲੱਖ ਮਿਲੀਅਨ ਦੇ ਉੱਪਰ ਵਿਊਜ਼ ਜਿਹੜੇ ਇਸ ਬੂਟੇ। ਠੀਕ ਹੈ ਜੀ, ਆ ਚੁੱਕੇ ਆ ਜੀ, ਮਤਲਬ 55 ਲੱਖ ਦੇ ਨੇੜੇ ਤੇੜੇ ਵਿਊ ਇਕੱਲੇ ਬੂਟੇ ਨੂੰ ਆਏ ਹੋਏ ਆ ਜੀ। ਬਿਲਕੁਲ ਜੀ, ਬਿਲਕੁਲ, ਠੀਕ ਹੈ ਜੀ, ਤੇ ਵਧੀਆ ਚੀਜ਼ ਹੈ ਜੀ, ਪਤਾ ਲੱਗਣਾ ਚਾਹੀਦਾ ਇਹ ਵੀ, ਬਿਲਕੁਲ ਜੀ, ਬਿਲਕੁਲ, ਤੁਹਾਡੇ ਘਰ ਦੇ ਵਿੱਚ ਹੋਣਾ ਚਾਹੀਦਾ, ਨਾਲੇ ਤੁਹਾਡੇ ਕਨਸੈਪਟ ਨੂੰ ਮੋਟੀਵੇਟ ਕੀਤਾ ਤੁਹਾਨੂੰ ਵੀ ਆਪਾਂ ਜੇ ਮਤਲਬ ਸੋਸ਼ਲ ਮੀਡੀਆ ਤੇ ਜਦੋਂ ਚੀਜ਼ ਕੋਈ ਵੀ ਲੈ ਕੇ ਆਉਣੀ ਆ ਤੇ ਲੋਕਾਂ ਵੱਲੋਂ ਚੰਗਾ ਪਿਆਰ ਮਿਲਦਾ ਤਾਂ ਆਪਾਂ ਹੋਰ ਵਧਾਉਣੇ ਆਪਣੇ ਜੀ। ਇਸ ਤੋਂ ਅੱਗੇ ਜੀ,
ਇਸ ਤੋਂ ਅੱਗੇ ਅਸ਼ਵ ਗੰਧਾ ਜੀ ਅਸ਼ਵ ਗੰਧਾ ਅਸ਼ਵ ਜਿੱਦਾਂ ਘੋੜਾ ਕਹਿ ਸਕਦੇ ਹਨ ਇਹ ਮਤਲਬ ਤਾਕਤ ਵਾਸਤੇ ਇਹਦਾ ਇੱਕ ਇਹਦਾ ਨਾਂ ਪਤਾ ਕਿਉਂ ਰੱਖਿਆ ਜੀ ਅਸ਼ਵ ਗੰਧਾ ਜੀ ਅਸ਼ਵ ਦੀ ਜਿਹੜੀ ਨਾ ਘੋੜੇ ਦੀ ਸਮੈਲ ਆਉਂਦੀ ਇਹਦੇ ਵਿੱਚੋਂ ਇਸ ਕਰਕੇ ਇਹਨੂੰ ਅਸ਼ਵ ਗੰਧਾ ਇਸ ਬੂਟੇ ਨੂੰ ਕਿਹਾ ਗਿਆ ਅੱਛਾ ਜੀ ਤਾਕਤ ਵਾਸਤੇ ਜਾਣੇ ਮਤਲਬ ਜ਼ਿਆਦਾਤਰ ਆਪਾਂ ਇਹ ਡੱਬੀਆਂ ਚ ਹੀ ਦੇਖਿਆ ਪਰ ਇਹ ਨਹੀਂ ਪਤਾ ਵੀ ਆਪਾਂ ਘਰੇ ਵੀ ਉਗਾ ਸਕਦੇ ਹਾਂ ਇਹਦੇ ਮੈਡੀਸਿਨ ਮਤਲਬ ਗੁਣ ਇਹ ਆ ਕਿ ਜੇਕਰ ਆਪਾਂ ਪਤਲਾ ਹੋਣਾ ਚਾਹੁੰਦੇ ਆ ਤਾਂ ਸੁਕਾ ਕੇ ਖਾਓ ਜੇਕਰ ਮੋਟਾ ਹੋਣਾ ਚਾਹੁੰਦੇ ਤੇ ਹਰਿਆ ਠੀਕ ਹੈ ਜੀ ਹਾਂਜੀ ਇਹਦੇ ਗੁਣ ਨੇ ਕੀ ਬਾਤ ਹੈ ਇੱਧਰ ਹੈਗਾ ਹਾਰ ਸ਼ਿੰਗਾਰ ਠੀਕ ਹੈ ਜੀ ਆਮ ਹੀ ਬੀਬੀਆਂ ਕਹਿੰਦੀਆਂ ਹਾਰ ਸ਼ਿੰਗਾਰ ਆਪਣੇ ਫੇਸ ਵਾਸਤੇ ਬਿਊਟੀ ਵਾਸਤੇ ਵੀ ਯੂਜ਼ ਕਰਦੇ ਆ ਤੇ ਆਪਾਂ ਨੂੰ ਸ਼ੂਗਰ ਵਾਸਤੇ ਵੀ ਇਹਦਾ ਯੂਜ਼ ਕਰਦੇ ਆ ਠੀਕ ਹੈ ਜੀ ਹਾਂਜੀ ਜੀ ਇਹ ਆਪਾਂ ਨੂੰ ਵੈਸੇ ਦੇਖਣ ਨੂੰ ਤਾਂ ਸਫੈਦਾ ਲੱਗੂਗਾ ਬਿਲਕੁਲ ਜੀ ਹੈ ਨਾ ਤਾਂ ਪਰ ਹੈ ਇਹ ਓਡੋਮਾਸ ਦਾ ਪਲਾਂਟ ਅੱਛਾ ਜੀ ਓਡੋਮਾਸ ਦਾ ਮਤਲਬ ਜਿਵੇਂ ਮੱਛਰ ਭਗਾਉਣ ਮੱਛਰ ਮੱਖੀ ਤੋਂ ਹਾਂਜੀ ਅੱਛਾ ਜੀ ਹਾਂਜੀ ਇਹ ਵੀ ਮਤਲਬ ਭਜਾਉਂਦਾ ਬਾਕੀ ਜੀ ਬਿਲਕੁਲ ਜੀ ਤੁਸੀਂ ਦੇਖਿਆ ਸਾਰਾ ਹੀ ਦੇਖਿਆ ਕਿਤੇ ਤੁਹਾਨੂੰ ਮੱਖੀ ਮੱਛਰ ਕੋਈ ਸੁੰਡੀ ਨਜ਼ਰ ਆਈ ਹੋਵੇ ਜੀ ਹਾਂਜੀ ਮਤਲਬ ਇਹ ਤਾਂ ਇੱਕ ਬਹੁਤ ਜ਼ਰੂਰੀ ਹੈ ਫਿਰ ਹਰ ਘਰ ਦੇ ਵਿੱਚ ਹੈ ਨਾ ਜੀ